ਸਭਾ ਚੋਣਾਂ 'ਚ ਕੁਝ ਸਮੇਂ ਲਈ ਇਕੱਠੇ ਦਿਖਣ ਤੋਂ ਬਾਅਦ ਹੁਣ ਅਕਾਲੀ ਦਲ ਇੱਕ ਵਾਰ ਫਿਰ ਤੋਂ ਅੱਡੋ ਪਾਟ ਹੋਣ ਲੱਗਾ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਦੀ ਪਾਰਟੀ 'ਚੋਂ ਛੁੱਟੀ ਹੋਈ ਤਾਂ ਜੀਕੇ ਨੇ ਬੇਅਦਬੀਆਂ ਸਣੇ ਕਈ ਇਲਜ਼ਾਮ ਪੰਥਕ ਪਾਰਟੀ ਦੇ ਮੱਥੇ ਕੱਢ ਮਾਰੇ। ਦੂਜੇ ਪਾਸੇ ਉਹਨਾਂ ਦਿੱਲੀ ਦੇ ਮੌਜੂਦਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਖਿਲਾਫ਼ ਵੱਡੇ ਖੁਲਾਸੇ ਕਰਨ ਦਾ ਐਲਾਨ ਵੀ ਕੀਤਾ। ਅਜਿਹੇ 'ਚ ਜੀਕੇ ਕੋਈ ਖੁਲਾਸਾ ਕਰਦੇ, ਇਸ ਤੋਂ ਪਹਿਲਾਂ ਹੀ ਅਕਾਲੀ ਦਲ ਵੱਲੋਂ ਮਨਜਿੰਦਰ ਸਿੰਘ ਸਿਰਸਾ ਕੋਲ ਜੀਕੇ ਖਿਲਾਫ਼ ਸਬੂਤ ਹੋਣ ਦਾ ਖੁਲਾਸਾ ਕੀਤਾ ਗਿਆ। ਅਕਾਲੀ ਦਲ ਦੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਮਨਜਿੰਦਰ ਸਿੰਘ ਸਿਰਸਾ ਜਲਦ ਹੀ ਜੀਕੇ ਖਿਲਾਫ਼ ਸਬੂਤਾਂ ਸਣੇ ਵੱਡੇ ਭੇਦ ਖੋਲਣਗੇ। ਉਹ ਕੱਲ ਸਾਡੇ ਜਿਹੜੇ ਦਿੱਲੀ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਜਿਹੜੇ ਉਹਨਾਂ ਦੇ ਕਰਪਸ਼ਨ ਦੇ ਸਕੈਂਡਲ ਹੈ ਉਹਦੇ ਬਾਰੇ 'ਚ ਇੱਕ ਅੱਧੇ ਦਿਨ ਤੱਕ ਵਿਸਤਾਰ ਦੇ ਵਿੱਚ ਖੁਲਾਸਾ ਕਰਨਗੇ। ਬਹੁਤ ਜਿਹੜੀ ਹੈਗੀ ਹੈ ਘਟੀਆ ਕੰਮ ਬਤੌਰ ਪ੍ਰਧਾਨ ਰਹਿੰਦੇ ਹੋਏ ਉਹਨਾਂ ਨੇ ਦਿੱਲੀ ਦੇ ਵਿੱਚ ਕੀਤਾ। ਇਸ ਕਰਕੇ ਪਹਿਲਾਂ ਉਹਨਾਂ ਨੂੰ ਪ੍ਰਧਾਨਗੀ ਤੋਂ ਹਟਾਇਆ ਗਿਆ ਸੀ। ਜਿਹੜੀਆਂ ਇਨਕੁਆਇਰੀਆਂ ਹੋਈਆਂ ਉਹਦੇ ਵਿੱਚ ਬਹੁਤ ਸਾਰੇ ਉਹਨਾਂ ਦੇ ਖਿਲਾਫ਼ ਸਬੂਤ ਖੜੇ ਆ। ਇਸ ਲਈ ਜਿਹੜੀ ਹੈ ਪਾਰਟੀ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੀ। ਉਹ ਕੱਲ੍ਹ ਉਹਦੇ 'ਤੇ ਵਿਸਤਾਰਿਤ ਜਿਹੜੀ ਹੈ ਡਿਟੇਲਡ ਜਿਹੜੀ ਹੈਗੀ ਹੈ ਉਹ ਸਾਰੀ ਜਾਣਕਾਰੀ ਮੀਡੀਆ ਨੂੰ ਉਹ ਸਰਸਾ ਸਾਹਿਬ ਤੱਥਾਂ ਸਹਿਤ ਸਾਰੇ ਸਬੂਤ ਜਿਹੜੇ ਆ ਉਹ ਪੇਸ਼ ਕਰਨਗੇ ਕਿ ਕੀ ਕਾਰਨ ਸੀ ਜਿਹਦੇ ਕਰਕੇ ਉਹਨਾਂ ਨੂੰ ਜਿਹੜਾ ਪਾਰਟੀ ਦੇ ਪਦ। ਉੱਧਰ ਇਸ ਪੂਰੇ ਮਾਮਲੇ 'ਤੇ ਮਨਜੀਤ ਸਿੰਘ ਜੀਕੇ ਦਾ ਕੀ ਕਹਿਣਾ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ। ਮੈਂ ਦਸੰਬਰ ਦੇ ਮਹੀਨੇ 'ਚ ਇਹ ਸਾਰੇ ਅਹੁਦੇ ਛੱਡ ਦਿੱਤੇ ਸੀਗੇ, ਲੇਕਿਨ ਹੁਣ ਪਿਛਲੇ ਹਫ਼ਤੇ 10 ਦਿਨ ਦੇ ਵਿੱਚ ਮੈਨੂੰ 3 ਵਾਰੀ ਪਾਰਟੀ ਦੇ ਵਿੱਚੋਂ ਕੱਢਿਆ ਜਾ ਚੁੱਕਾ ਹੈ। ਮੈਨੂੰ ਨਹੀਂ ਸਮਝ ਆ ਰਹੀ ਔਰ ਇਲਜ਼ਾਮ ਇਹ ਲੱਗ ਰਿਹਾ ਕਿ ਮੈਂ ਐਂਟੀ ਪਾਰਟੀ ਐਕਟੀਵਿਟੀ ਕੀਤੀ ਹੈ। ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਹੱਕ ਦੇ ਵਿੱਚ ਕਿ ਬਈ ਇਹ ਪਾਰਟੀ ਗਲਤ ਰਹੀ ਹੈ ਸਾਡੀ ਔਰ ਬੇਅਦਬੀ ਕਰਨ ਵਾਲਿਆਂ ਨੂੰ ਨਹੀਂ ਫੜਿਆ, ਅਗਰ ਇਹ ਬੋਲਣਾ ਗਲਤ ਹੈ ਤਾਂ ਮੈਂ ਸਮਝਦਾ ਮੈਂ ਉਹ ਗਲਤੀ ਮੰਨਦੇ ਹੋਣਗੇ, ਮੈਂ ਨਹੀਂ ਮੰਨਦਾ। ਕੀਰਤਨ ਕਰਦੇ ਬੱਚਿਆਂ ਦੇ ਉੱਤੇ ਗੋਲੀ ਚਲਾ ਦੇਣੀ, ਲੇਕਿਨ ਕਿਸਾਨ ਸਾਰੇ ਪੰਜਾਬ ਨੂੰ ਅੱਗ ਲਾ ਦਿੰਦੇ, ਟ੍ਰੇਨਾਂ ਨੂੰ ਅੱਗ ਲਾ ਦਿੰਦੇ, ਬੈਕਵਰਡ ਕਲਾਸਿਸ ਵਾਲੇ ਮੋਰਚਾ ਲਾਉਂਦੇ ਨੇ, ਪੰਜਾਬ ਬੰਦ ਹੋ ਜਾਂਦਾ, ਉੱਥੇ ਲਾਠੀ ਵੀ ਨਹੀਂ ਚੱਲਦੀ। ਮੈਂ ਸਮਝਦਾ ਇਹ ਗਲਤੀ ਸੀਗੀ। ਜਦੋਂ ਇਲੈਕਸ਼ਨ ਹੋ ਰਹੀ ਸੀ 2017 'ਚ 4 ਮਾਰਚ ਨੂੰ ਵੋਟਾਂ ਪੈਣੀਆਂ ਸੀਗੀਆਂ, ਮੈਂ 30 ਜਾਂ 31 ਜਨਵਰੀ ਨੂੰ ਜਿਹੜੀ ਮੈਂ ਮਾਰਚ ਨੂੰ ਨਹੀਂ ਫਰਵਰੀ ਨੂੰ ਵੋਟਾਂ ਪੈਣੀਆਂ ਸੀ, 4 ਫਰਵਰੀ ਨੂੰ ਮੈਂ 30 ਜਾਂ 31 ਜਨਵਰੀ ਨੂੰ ਬਠਿੰਡੇ ਪ੍ਰੈਸ ਕਾਨਫਰੰਸ ਕੀਤੀ ਸੀ ਔਰ ਆਪਣਾ ਸਟੈਂਡ ਬੜਾ ਕਲੀਅਰ ਕੀਤਾ ਸੀਗਾ। ਲੇਕਿਨ ਉਸ ਵੇਲੇ ਹਾਈ ਕਮਾਂਡ ਨੇ, ਹਾਈਐਸਟ ਕਮਾਂਡ ਨੇ ਮੈਨੂੰ ਆਰਡਰ ਕੀਤੇ ਸੀਗੇ ਕਿ ਤੁਸੀਂ ਵਾਪਸ ਚਲੇ ਜਾਓ ਔਰ ਅੱਜ ਤੋਂ ਬਾਅਦ ਤੁਸੀਂ ਕੋਈ ਬਿਆਨ ਨਹੀਂ ਦਿਓਗੇ। ਮੈਂ ਸਮਝਦਾ ਵਾਂ ਇਹ ਚੀਜ਼ਾਂ ਜਿਹੜੀਆਂ ਨੇ ਇਹ ਗਲਤ ਹੋਈਆਂ ਨੇ। ਅੱਜ ਪਾਰਟੀ ਦਾ ਇਹ ਹਾਲ ਹੈ ਕਿ ਅਸੀਂ 8 ਸੀਟਾਂ ਹਾਰਦੇ ਪਏ ਹਾਂ, 2 ਸੀਟਾਂ ਜਿੱਤਦੇ ਪਏ ਹਾਂ, ਕਿਉਂਕਿ 10 ਸਾਡੇ ਕੋਲ ਸੀ, ਬੀਜੇਪੀ ਕੋਲ 3 ਸੀ, ਬੀਜੇਪੀ 3 'ਚੋਂ 2 ਜਿੱਤੀ, ਅਸੀਂ 10 'ਚੋਂ 2 ਜਿੱਤੇ ਹਾਂ। ਅਸੀਂ ਉਹਨਾਂ ਹਲਕਿਆਂ 'ਚੋਂ ਹਾਰ ਜਾਂਦੇ ਹਾਂ ਜਿਨ੍ਹਾਂ ਹਲਕਿਆਂ ਦੇ ਵਿੱਚੋਂ ਅਕਾਲੀ ਦਲ ਕਦੀ 50 ਸਾਲਾਂ ਤੋਂ ਨਹੀਂ ਹਾਰਿਆ ਸੀਗਾ। ਜਿਹੜੀਆਂ ਸਿੱਖ ਵੋਟਾਂ ਨੇ, ਜਿਹੜੀਆਂ ਪੰਥਕ ਵੋਟਾਂ ਨੇ, ਉਹ ਸਾਡੇ ਕੋਲੋਂ ਕਿਨਾਰਾ ਕਰ ਚੁੱਕੀਆਂ ਨੇ। ਅਸੀਂ ਕਿਹੜੀ ਰਾਜਨੀਤੀ ਕਰਦੇ ਪਏ ਹਾਂ? 100 ਸਾਲ ਮਨਾਉਣ ਜਾ ਰਹੇ ਹਾਂ, ਅਸੀਂ 100 ਸਾਲ ਇਹ ਸ਼ਹੀਦਾਂ ਦੀ ਜਥੇਬੰਦੀ ਨੂੰ ਖਤਮ ਹੁੰਦਿਆਂ ਨਹੀਂ ਦੇਖ ਸਕਦੇ। ਮੈਂ ਸਮਝ ਦੱਸ ਦਈਏ ਕਿ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਮਨਜੀਤ ਸਿੰਘ ਜੀਕੇ ਨੂੰ ਹਾਈ ਕਮਾਨ ਨੇ ਪਾਰਟੀ ਵਿਰੋਧੀ ਸਰਗਰਮੀਆਂ ਦਾ ਹਵਾਲਾ ਦੇ ਕੇ ਬੀਤੇ ਦਿਨੀ ਅਕਾਲੀ ਦਲ ਚੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਸੀ। ਜਿਸ ਤੋਂ ਬਾਅਦ ਜੀਕੇ ਨੇ ਇੱਕ ਵਾਰ ਫਿਰ ਤੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪ੍ਰਚਾਰ ਦੌਰਾਨ ਡੇਰਾ ਸਿਰਸਾ ਮੁਖੀ ਨੂੰ ਮੁਆਫੀ, ਅਕਾਲੀ ਉਮੀਦਵਾਰਾਂ ਦਾ ਡੇਰੇ 'ਚ ਵੋਟਾਂ ਮੰਗਣ ਜਾਣਾ ਅਤੇ ਬਰਗਾੜੀ 'ਚ ਬੇਅਦਬੀ ਤੇ ਬਹਿਬਲ ਕਲਾਂ ਗੋਲੀ ਕਾਂਡ ਆਦਿ ਲਈ ਪਾਰਟੀ ਨੀਤੀਆਂ ਤੇ ਉਜਰ ਜਤਾਇਆ ਸੀ। ਫਿਲਹਾਲ ਇਸ ਮਾਮਲੇ ਤੇ ਮਨਜਿੰਦਰ ਸਿੰਘ ਸਿਰਸਾ ਕੀ ਖੁਲਾਸੇ ਕਰਦੇ ਨੇ, ਇਸ ਤੇ ਨਜ਼ਰ ਬਣੀ ਰਹੇਗੀ। ਬਿਊਰੋ ਰਿਪੋਰਟ, ਪੰਜਾਬੀ ਲੋਕ ਚੈਨਲ।